ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮੌਜੂਦ ਹਾਂ ਨਾਭਾ ਵਿਖੇ ਜਿੱਥੇ ਕਿ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਤਕਰੀਬਨ 40-45 ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਅੱਜ ਅਸੀਂ ਤੁਹਾਨੂੰ ਗੱਲਬਾਤ ਵੀ ਕਰਦੇ ਹਾਂ ਕਿਸਾਨਾਂ ਦੇ ਨਾਲ ਕਿਉਂਕਿ ਦਿੱਲੀ ਜਾਣ ਦੀ ਤਿਆਰੀ ਹੈ 26-27 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਆਓ ਕਿਸਾਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕੀ ਤਿਆਰੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੀ ਸਾਰੀ ਦਿੱਲੀ ਜਾਣ ਬਾਰੇ ਤਿਆਰੀ ਹੈ ਰਾਸ਼ਨ ਪਾਣੀ ਆਟਾ ਦਾਣਾ ਜੋ ਵੀ ਹੈ ਸਭ ਕੁਛ ਗੈਸ ਸਿਲੰਡਰ ਸਭ ਕੁਛ ਚੀਜ਼ਾਂ ਭੱਟੀਆਂ ਲੈ ਕੇ ਅਸੀਂ ਸਾਰੀ ਫੁੱਲ ਤਿਆਰੀ 'ਤੇ ਜਾ ਰਹੇ ਹਾਂ ਜਿਹੜੇ ਸਰਕਾਰ ਨੇ ਸਾਡੇ 'ਤੇ ਓਰਡੀਨੈਂਸ ਲਾਏ ਨੇ ਉਹਨਾਂ ਨੂੰ ਮਾਫ਼ ਕਰਾਉਣ ਵਾਸਤੇ ਅਸੀਂ ਜਾ ਰਹੇ ਹਾਂ ਸਾਰੀਆਂ ਸੜਕਾਂ 'ਤੇ ਅਸੀਂ ਧਰਨੇ ਲਾ ਕੇ ਰੋਕਾਂਗੇ ਜਾਂ ਜਿੱਥੇ ਵੀ ਸਾਨੂੰ ਖੜਾਇਆ ਜਾਊਗਾ ਕਿਸੇ ਨਾਲ ਅਸੀਂ ਧੱਕਾਬਾਜ਼ੀ ਨਹੀਂ ਕਰਦੇ ਜਿੱਥੇ ਵੀ ਸਾਨੂੰ ਮਤਲਬ ਹੋਊਗਾ ਉੱਥੇ ਉੱਥੇ ਬੈਠ ਜਾਵਾਂਗੇ ਫਿਰ ਜੇ ਤੁਹਾਨੂੰ ਹਰਿਆਣਾ ਵਿੱਚ ਰੋਕਿਆ ਜਾਂਦਾ ਉੱਥੇ ਮਤਲਬ ਕਿੰਨਾ ਕੁ ਲੰਬਾ ਸਮਾਂ ਤੁਸੀਂ ਬਹਿ ਸਕਦੇ ਹੋ ਅਸੀਂ ਚਾਹੇ ਸਾਲ ਲੰਘ ਜੇ ਅਤੇ 6 ਮਹੀਨੇ ਲੰਘ ਜਾਣ ਅਤੇ ਉਨ੍ਹਾਂ ਚਿਰ ਅਸੀਂ ਉੱਥੇ ਬੈਠ ਕੇ ਧਰਨਾ ਲਾਵਾਂਗੇ ਅਸੀਂ ਜੇ ਜੋ ਸਮਾਨ ਹੈ ਟਰਾਲਿਆਂ 'ਚ ਸਾਰਾ ਲੱਭ ਚੁੱਕਿਆ ਅਸੀਂ ਜਿਉਂ ਪਿੰਡਾਂ ਦੇ ਸਾਰਾ ਦੁਨੀਆ ਨਾਲ ਇਕੱਠੀ ਹੋ ਕੇ 4 ਸਪੇਰਾ ਦਿੱਲੀ ਦਾ ਲੋ ਕਰ ਦੇਣਾ ਸੀ ਨਾ ਚੀਜ਼ ਦਿੱਲੀ 'ਚ ਆਉਣ ਦੇਣੀ ਹੈ ਨਾ ਦਿੱਲੀ 'ਚ ਜਾਣ ਦੇਣੀ ਹੈ ਅਸੀਂ ਕਿਸੇ ਪ੍ਰਸ਼ਾਸਨ ਨਾਲ ਲੜਾਈ ਨਹੀਂ ਕਰਨੀ ਕੁਛ ਅੱਜ ਬੋਲਣਾ ਨਹੀਂ ਜਿੱਥੇ ਸਾਨੂੰ ਕਹਿਣਗੇ ਅਸੀਂ ਟਰਾਲੀਆਂ ਉਸੇ ਰੋਡ 'ਤੇ ਲਾ ਕੇ ਖੜਾ ਦਾਂਗੇ ਉੱਥੇ ਸਾਡਾ ਰਾਸ਼ਨ ਪਾਣੀ ਚਾਹੇ 6 ਮਹੀਨੇ ਲੰਘ ਜਾਣ ਚਾਹੇ ਹਫ਼ਤੇ 'ਚ ਨਿਬੜ ਜੇ ਜਿਹੜੀਆਂ ਸਾਡੀਆਂ ਮੰਗਾਂ ਨੇ ਅਸੀਂ ਉਹ ਮੰਗਾਂ ਲੈ ਕੇ ਵਾਪਸ ਮੁੜਨੀਆਂ ਨੇ ਜਿਸ ਤਰ੍ਹਾਂ ਕਿ ਡੱਬ ਵਾਲੀ ਵਿਖੇ ਤੁਹਾਡੇ ਹਾਂ ਸਾਡਾ ਕੁਰਸਾਨ ਸਾਡਾ ਹਰਿਆਣਾ ਰਾਜਸਥਾਨ ਜਿੱਦਾਂ ਸਾਡਾ ਸਾਰਾ ਭਾਈਚਾਰਾ ਸਾਡੇ ਨਾਲ ਤੁਰਿਆ ਹੋਇਆ ਇਸ ਤਰ੍ਹਾਂ ਗਰਾਹਾਂ ਵੱਲੋਂ ਪੂਰਾ ਜ਼ੋਰ ਲੱਗਿਆ ਸਾਰੇ ਜਿਹੜੀ ਜਥਾਬੰਦੀ ਨਹੀਂ ਹੈਗੀਆਂ ਵੀ 4 ਸਪੇਰਾ ਅਸੀਂ ਸੜਕਾਂ ਬੰਦ ਕਰਨੀਆਂ ਨੇ ਕੋਈ ਅਸੀਂ ਲੜਾਈ ਨਹੀਂ ਕਰਨੀ ਜਦੋਂ ਫੈਸਲਾ ਦੇ ਦੂ ਵਜੇ ਉੱਠ ਕੇ ਆ ਜਾਵਾਂਗੇ ਨਹੀਂ ਸਾਡਾ ਸਾਹ ਲੰਘ ਜਾਵੇ 6 ਮਹੀਨੇ ਲੰਘ ਜਾਣਾ ਉਨੇ ਚਿਰ ਅਸੀਂ ਉੱਥੇ ਬੈਠਣਾ ਹਾਂਜੀ ਭਾਅ ਜੀ ਤੁਸੀਂ ਦਿੱਲੀ ਜਾਣ ਦੀ ਤਿਆਰੀ ਕਰੇ 26-27 ਤਰੀਕ ਨੂੰ ਤੁਹਾਡੀ ਕੀ ਤਿਆਰੀਆਂ ਨੇ ਦੇਖੋ ਜੀ ਤੁਹਾਡੇ ਸਾਹਮਣੇ ਆ ਮੈਂ ਕਰਮਜੀਤ ਸਿੰਘ ਪਿੰਡ ਬੋੜਾਂ ਕਲਾਂ ਤੋਂ ਸਾਡੇ ਨਗਰ ਵੱਲੋਂ 2 ਟਰਾਲੀਆਂ ਤੁਹਾਡੇ ਸਾਹਮਣੇ ਤਿਆਰ ਖੜੀਆਂ ਨੇ ਇੱਕ ਸਾਡੇ ਬਿਸਤਰੇ ਪਿਆ ਇੱਕ ਸਾਡਾ ਲੰਗਰ ਦਾ ਸਮਾਨ ਆ ਅਸੀਂ ਲੰਗਰ ਦਾ ਸਮਾਨ ਲੈ ਕੇ ਸਾਰਾ ਚੁੱਲ੍ਹਾ ਆਪਦਾ ਸਮਾਨ ਰਾਸ਼ਨ ਪਾਣੀ ਸਾਰਾ ਲੱਦ ਲਿਆ ਟਰਾਲੀ ਦੇ ਦਿੱਲੀ ਜਾਣ ਦੀ ਪੂਰੀ ਤਿਆਰੀ ਆ ਅਸੀਂ ਆਪਦੇ ਨਗਰ ਦੇ ਵਿੱਚੋਂ 60 ਬੰਦੇ ਦਿੱਲੀ ਨੂੰ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ 25 ਮਾਈਆਂ ਨੇ ਅਤੇ ਬਾਕੀ ਭਾਈ ਵੀਰ ਜਾ ਰਹੇ ਨੇ ਅੱਜ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਸਮਾਨ ਲੱਦਿਆ ਪਿਆ ਅਸੀਂ ਆਪਣੇ ਜਿਹੜੇ 3 ਨੇ ਕਾਲੇ ਕਾਨੂੰਨ ਸਾਡੇ 'ਤੇ ਲਾਗੂ ਕਰੇ ਨੇ ਅਸੀਂ ਇਹਨਾਂ ਨੂੰ ਰੱਦ ਕਰਵਾ ਕੇ ਆਵਾਂਗੇ ਨਾ ਕਿ ਇਹਨਾਂ ਸੋਧ ਕਰਾ ਕੇ ਜਿੱਥੇ ਜਿੰਨਾ ਟਾਈਮ ਸਾਨੂੰ ਮੋਦੀ ਬਿਠਾਊਗਾ ਅਸੀਂ ਦਿੱਲੀ ਦੇ ਵਿੱਚ ਬੈਠਾਂਗੇ ਅਸੀਂ ਬਿਸਤਰੇ ਆਪਣੇ ਰੱਖ ਲਏ ਰਜਾਈਆਂ ਸਾਡੀਆਂ ਰਜਾਈ ਦੇ ਵਿੱਚ ਪਈਆਂ ਨੇ ਕੱਪੜੇ ਆਪਣੇ ਲੈ ਲਏ ਕੰਮ ਧੰਦਾ ਅਸੀਂ ਆਪਣਾ ਨਿਬੜ ਕੇ ਦਿੱਲੀ ਦੇ ਵਿੱਚ ਡੇਰਾ ਲਾ ਕੇ ਬੈਠਾਂਗੇ ਜਿੰਨਾ ਮਰਜ਼ੀ ਸਮਾਂ ਆਉਣ ਮਿੱਥੇ ਸਮੇਂ ਦੇ ਵਾਸਤੇ ਅਸੀਂ ਦਿੱਲੀ ਦੇ ਵਿੱਚ ਬੈਠਾਂਗੇ ਅਤੇ ਤੁਹਾਡੇ ਵੱਲੋਂ ਪਿੰਡਾਂ 'ਚ ਜਾ ਕੇ ਵੀ ਹੋਕਾ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਲਗਾਤਾਰ 3 ਦਿਨਾਂ ਤੋਂ ਸਾਡੇ ਸੂਬਾ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜੀ ਅਤੇ ਸਾਡੀ ਸੂਬਾ ਕਮੇਟੀ ਵੱਲੋਂ ਹੁਕਮ ਹੋਇਆ ਸਾਨੂੰ ਅਸੀਂ ਰਾਤ ਵੀ ਮਿਸਾਲ ਮਾਰਚ ਕੀਤਾ ਅਤੇ ਨਾਲ ਝੰਡਾ ਮਾਰਚ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਢੋਲ ਵਜਾਓ ਲੋਕ ਜਗਾਓ ਦੇ ਨਾਅਰੇ ਹੇਠ ਜਾਗਰੂਕ ਕੀਤਾ ਲੋਕਾਂ ਨੂੰ ਜਿਹਦਾ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਬੜਾ ਵੱਡੇ ਹੁੰਗਾਰੇ ਦੇ ਨਾਲ ਅੱਜ ਸਾਡੇ ਨਗਰਾਂ ਦੇ ਵਿੱਚੋਂ ਨੇੜੇ ਤੜੋਂ ਜਿਹੜੀ ਸਾਡੇ ਕੋਲ ਤਕਰੀਬਨ 90 ਬਲਾਕ ਦੀ ਗਿਣਤੀ ਆ ਉਹ ਸਾਡੇ ਕੋਲ 3,350 ਦੇ ਨੇੜੇ ਬੰਦਾ ਆ ਚੁੱਕਿਆ ਜਿਹਦੇ ਵਿੱਚ ਮਾਈਆਂ ਬਹੁਤ ਜ਼ਿਆਦਾ ਗਿਣਤੀ 'ਚ ਨੇ ਨੌਜਵਾਨ ਵੀਰ ਬਹੁਤ ਵੱਡੀ ਗਿਣਤੀ 'ਚ ਨੇ ਜਿਹੜਾ ਝੰਡਾ ਮਾਰਚ ਕੀਤਾ ਇਹ ਇਸੇ ਦਾ ਅਸਰ ਹੈ ਜੇਕਰ ਤੁਹਾਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਦਿੱਤਾ ਜਾਂਦਾ ਤਾਂ ਫਿਰ ਤੁਸੀਂ ਕਿੱਦਾਂ ਦਾ ਸੁਣਨ ਵਿੱਚ ਆਇਆ ਸਾਨੂੰ ਵੀ ਅੱਜ ਜਿਹੜਾ ਖੱਟਰ ਦਾ ਬਿਆਨ ਹੈ ਉਹ ਕਹਿੰਦਾ ਮੈਂ ਹਰਿਆਣਾ ਦੇ ਬਾਰਡਰ ਸੀਲ ਕਰੂੰਗਾ ਜਿੱਥੇ ਸਾਨੂੰ ਰੋਕਣਗੇ ਅਸੀਂ ਉੱਥੇ ਰੋਕ ਕੇ ਬਹਿ ਕੇ ਪ੍ਰੋਟੈਸਟ ਕਰਾਂਗੇ ਆਪਣਾ ਜਿਹੜੀਆਂ ਮੰਗਾਂ ਨੇ ਉਹ ਮੰਗਾਂਗੇ ਆਪਣੇ ਹੱਕਾਂ ਦਾ ਵਾਸਤੇ ਆਵਾਜ਼ ਬੁਲੰਦ ਕਰਾਂਗੇ ਬਾਕੀ ਜਿੱਦਾਂ ਸਾਨੂੰ ਸਾਡੀ ਸੂਬਾ ਕਮੇਟੀ ਹੁਕਮ ਕਰੂਗੀ ਜੇ ਸਾਨੂੰ ਉਹ ਕਹਿਣਗੇ ਤਾਂ ਅਸੀਂ ਬੈਰੀਕੇਡ ਤੋੜ ਕੇ ਵੀ ਅੱਗੇ ਲੰਘਾਂਗੇ ਜੇ ਉਹ ਸਾਨੂੰ ਕਹਿਣਗੇ ਸ਼ਾਂਤੀਪੂਰਕ ਧਰਨਾ ਸ਼ਾਂਤੀ ਨਾਲ ਅਸੀਂ ਬਹਿ ਕੇ ਧਰਨਾ ਦੇਣਾ ਤਾਂ ਅਸੀਂ ਉੱਥੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਬੈਠਾਂਗੇ